ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਲੈ ਕੇ ਹੁਣੇ ਹੁਣੇ ਇੱਕ ਵੱਡੀ ਅਪਡੇਟ ਆਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਡਿਬਰੂਗੜ੍ਹ ਜੇਲ੍ਹ ਤੋਂ ਚੱਲੇ ਸੀ ਅਤੇ ਹੁਣੇ ਹੁਣੇ ਦਿੱਲੀ ਪਹੁੰਚ ਚੁੱਕੇ ਨੇ ਅਤੇ ਉਹਨਾਂ ਦਾ ਪਰਿਵਾਰ ਵੀ ਜੋ ਪਹਿਲਾਂ ਤੋਂ ਹੀ ਦਿੱਲੀ ਮੌਜੂਦ ਸੀ ਰਕਾਬਗੰਜ ਸਾਹਿਬ ਗੁਰਦੁਆਰਾ ਤੋਂ ਜਿਹੜਾ ਰਵਾਨਾ ਹੋ ਚੁੱਕਾ ਹੈ ਅਤੇ ਜਲਦੀ ਹੀ ਭਾਈ ਸਾਹਿਬ ਜਿਹੜੇ ਸਪੀਕਰ ਨੇ ਉਹਨਾਂ ਦੇ ਚੈਂਬਰ ਦੇ ਵਿੱਚੋਂ ਕਸਮ ਚੁੱਕਣਗੇ ਸਹੁੰ ਚੁੱਕਣਗੇ ਅਤੇ ਕੁਝ ਹੀ ਸਮੇਂ ਬਾਅਦ ਉੱਥੋਂ ਵਾਪਸ ਆਉਣਗੇ ਅਤੇ ਆਪਣੇ ਪਰਿਵਾਰ ਦੇ ਨਾਲ ਜਿਹੜਾ ਮੁਲਾਕਾਤ ਕਰਨਗੇ। ਤਾਂ ਨਾਲ ਹੀ ਦੋਸਤੋ ਦੱਸ ਦਈਏ ਕਿ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਪਰਿਵਾਰ ਹੈ ਉਹਨਾਂ ਨੂੰ ਹਜੇ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਭਾਈ ਸਾਹਿਬ ਨਾਲ ਕਿੰਨੇ ਪਰਿਵਾਰ ਦੇ ਕਿੰਨੇ ਮੈਂਬਰ ਮਿਲ ਸਕਦੇ ਨੇ ਅਤੇ ਨਾ ਹੀ ਉਹਨਾਂ ਦਾ ਕੋਈ ਨਾਂ ਆਇਆ ਕਿ ਕਿਹੜੇ ਕਿਹੜੇ ਉਹ ਪਰਿਵਾਰ ਦੇ ਮੈਂਬਰ ਨੇ ਜਿਹੜੇ ਮਿਲ ਸਕਦੇ ਨੇ ਅਤੇ ਹਾਲੇ ਤੱਕ ਜਿਹੜਾ ਭਾਈ ਸਾਹਿਬ ਨੂੰ ਮੀਡੀਆ ਦੇ ਨਾਲ ਗੱਲਬਾਤ ਕਰਨ ਦਾ ਨਾ ਹੀ ਤਾਂ ਮੌਕਾ ਦਿੱਤਾ ਗਿਆ ਹੈ ਅਤੇ ਜੋ ਸ਼ਰਤਾਂ ਦਿੱਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਵੀ ਖਾਸ ਇਹ ਲਿਖਿਆ ਗਿਆ ਸੀ ਕਿ ਮੀਡੀਆ ਦੇ ਨਾਲ ਮੁਲਾਕਾਤ ਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਿਲਕੁਲ ਵੀ ਮੌਕਾ ਨਹੀਂ ਦਿੱਤਾ ਜਾਏਗਾ ਅਤੇ ਇਸੇ ਇਹਨਾਂ ਸ਼ਰਤਾਂ ਨੂੰ ਲੈ ਕੇ ਜਿਹੜਾ ਪਰਿਵਾਰ ਵੱਲੋਂ ਜੋ ਕਿਹਾ ਗਿਆ ਉਹ ਇਹ ਕਿਹਾ ਗਿਆ ਭਾਈ ਕਿ ਭਾਈ ਸਾਹਿਬ ਨਾਲ ਬਹੁਤ ਵੱਡੀ ਨਾਇਨਸਾਫੀ ਹੈ ਇਹ ਕਿਉਂਕਿ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਦੋਂ ਤੋਂ MP ਬਣੇ ਨੇ ਉਦੋਂ ਤੋਂ ਹੀ ਜੇਲ੍ਹ ਦੇ ਵਿੱਚ ਬੰਦ ਨੇ, ਹਾਲਾਂਕਿ ਪਹਿਲਾਂ ਤੋਂ ਹੀ ਬੰਦ ਨੇ, ਪਰ ਹੁਣ ਜਿਹੜਾ ਖਡੂਰ ਸਾਹਿਬ ਦੇ ਲੋਕ ਨੇ, ਖਡੂਰ ਸਾਹਿਬ ਹਲਕੇ ਦੇ ਲੋਕ ਨੇ, ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਲ ਕੋਈ ਇੱਕ ਮੁਲਾਕਾਤ ਤਾਂ ਜ਼ਰੂਰੀ ਬਣਦੀ ਹੈ ਅਤੇ ਇੰਨੀ ਕੁ ਛੂਟ, ਇੰਨੀ ਕੁ ਛੁੱਟੀ, ਇੰਨੀ ਕੁ ਪ੍ਰੋਲਤਾ ਭਾਈ ਸਾਹਿਬ ਨੂੰ ਦੇਣੀ ਚਾਹੀਦੀ ਸੀ ਕਿ ਉਹ ਆਪਣੇ ਖਡੂਰ ਸਾਹਿਬ ਆਪਣੇ ਇਲਾਕੇ ਦਾ ਇੱਕ ਚੱਕਰ ਕੱਟ ਸਕਣ ਜਾਂ ਇੱਕ ਛੋਟੀ ਮੋਟੀ ਰੈਲੀ ਜੋ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਕਰ ਸਕਣ। ਤਾਂ ਪਰਿਵਾਰ ਵੱਲੋਂ ਇਹ ਵੀ ਜਿਹੜਾ ਰੋਸ ਹੈ ਉਹ ਜਤਾਇਆ ਜਾ ਰਿਹਾ ਅਤੇ ਹਾਲੇ ਤੱਕ ਪਰਿਵਾਰ ਨੂੰ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਹਾਲੇ ਤੱਕ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਪਰਿਵਾਰ ਦੇ ਕਿਹੜੇ ਕਿਹੜੇ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮਿਲ ਸਕਦੇ ਨੇ। ਤਾਂ ਦੋਸਤੋ ਹੁਣ ਹੁਣੇ ਦੀ ਵੱਡੀ ਖਬਰ ਇਹ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਿੱਲੀ ਪਹੁੰਚ ਚੁੱਕੇ ਨੇ ਅਤੇ ਕੁਝ ਹੀ ਸਮੇਂ ਬਾਅਦ ਜੋ ਚੈਂਬਰ ਦੇ ਵਿੱਚ ਸਪੀਕਰ ਦੇ ਸਾਹਮਣੇ ਕਸਮ ਚੱਕਣਗੇ ਅਤੇ ਭਾਈ ਸਾਹਿਬ ਦੇ ਨਾਲ ਅੰਦਰ ਕੌਣ ਕੌਣ ਜਾਣਗੇ ਇਸ ਦੀ ਜਿਹੜੀ ਉੱਥੇ ਦਾ ਜੋ ਸਿਕਿਉਰਿਟੀ ਸਿਸਟਮ ਹੈ ਉਹ ਦੱਸੇਗਾ ਅਤੇ ਪੰਜਾਬ ਪੁਲਿਸ ਉਸ ਦੇ ਖਾਸ ਪ੍ਰਬੰਧ ਕਰੇਗੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਲ ਇਸ ਟਾਈਮ ਜੋ ਪੰਜਾਬ ਪੁਲਿਸ ਹੀ ਮੌਜੂਦ ਹੈ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਚੈਂਬਰ ਦੇ ਵਿੱਚ ਅੰਦਰ ਜਾਣਗੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਸਿਕਿਉਰਿਟੀ ਕਿੰਨੀ ਆ ਇਹ ਵੀ ਪੰਜਾਬ ਦੀ ਸਰਕਾਰ ਅਤੇ ਪੰਜਾਬ ਦੇ ਵੱਡੇ ਮੁਲਾਜ਼ਮ ਜੋ ਸਿਕਿਉਰਿਟੀ ਸਿਸਟਮ ਹੈ ਉਹ ਹੀ ਤੈਅ ਕਰਨਗੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਿੰਨੀ ਸਿਕਿਉਰਿਟੀ ਕਾਫੀ ਰਹੂਗੀ ਅਤੇ ਚੈਂਬਰ ਤੱਕ ਕਿੰਨੀ ਸਿਕਿਉਰਿਟੀ ਜਾਏਗੀ ਕਿਉਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਜੋ 10 ਸ਼ਰਤਾਂ ਸੀ ਉਹਨਾਂ ਦੇ ਵਿੱਚੋਂ ਇਹ ਪੱਕੀ ਇਹ ਵੀ ਸ਼ਰਤ ਸੀ ਕਿ ਜੇਲ੍ਹ ਦੇ ਗੇਟ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਜਾਏਗਾ ਅਤੇ ਪਰੋਲ ਖਤਮ ਹੁੰਦੇ ਸਾਰ ਹੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਹੜਾ ਡਿਬਰੂਗੜ੍ਹ ਜੇਲ੍ਹ ਤੋਂ ਅੰਦਰ ਲਿਆ ਜਾਏਗਾ, ਗੇਟ ਦੇ ਉੱਤੇ ਵੀ ਪੰਜਾਬ ਪੁਲਿਸ ਹੀ ਛੱਡ ਕੇ ਆਏਗੀ। ਅਤੇ ਦੋਸਤੋ ਇਸ ਦੌਰਾਨ ਜੋ ਵੀ ਜੋ ਘਾਟੇ ਵਾਧੇ ਜਾਂ ਜਿੰਨੀ ਵੀ ਸਿਕਿਉਰਿਟੀ ਦੀ ਲੋੜ ਹੈ ਜਾਂ ਜੋ ਵੀ ਪ੍ਰਬੰਧ ਕਰਨਗੇ ਉਹ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਹੀ ਕਰੇਗੀ। ਤਾਂ ਕੁਝ ਹੀ ਟਾਈਮ ਬਾਅਦ ਜਿਹੜਾ ਭਾਈ ਸਾਹਿਬ ਉਹ ਸਹੁੰ ਚੁੱਕਣਗੇ ਅਤੇ ਇਸ ਦੀ ਕੋਈ ਵੀਡੀਓ ਅਗਰ ਪੁਖਤਾ ਆਉਂਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਅਤੇ ਬਾਕੀ ਦੇਖਦੇ ਹਾਂ ਬਾਕੀ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਜੋ ਸਿਕਿਉਰਿਟੀ ਸਿਸਟਮ ਦੇ ਹਿਸਾਬ ਨਾਲ ਜੋ ਉਹਨਾਂ ਨੇ ਇੱਕ ਲੈਟਰ ਕੱਢਿਆ ਸੀ, ਜੋ ਸ਼ਰਤਾਂ ਲਾਗੂ ਕੀਤੀਆਂ ਸੀ ਉਹਨਾਂ ਦੇ ਵਿੱਚੋਂ ਇਹ ਵੀ ਇੱਕ ਵੱਡੀ ਸ਼ਰਤ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਕੋਈ ਵੀ ਵੀਡੀਓ ਜਾਂ ਕੋਈ ਵੀ ਫੋਟੋ ਇਲੈਕਟ੍ਰੋਨਿਕ ਮੀਡੀਆ ਯਾਨੀ ਕਿਸੇ ਵੀ ਮੀਡੀਆ ਪਲੇਟਫਾਰਮ ਦੇ ਉੱਤੇ ਨਹੀਂ ਪਾਈ ਜਾਏਗੀ।